ਹੁੰਦੇ ਜਿਵੇਂ ਤੁਹਾਡੇ ਮੋਬਾਈਲ ਵਾਲੇ ਹੋ ਗਏ, ਛੋਟੇ ਸੈਂਸਰ ਅੱਜ ਕੱਲ੍ਹ ਚੱਲਦੇ ਨੇ, ਅਲੈਕਸਾ ਬਾਰੇ ਸੁਣਦੇ ਹੋਣਗੇ, ਗੂਗਲ ਹੋਮ ਸੁਣਦੇ ਹੋਣਗੇ, ਆ ਕਾਰਾਂ ਕਿਵੇਂ ਬਣਦੀਆਂ ਹੈ ਇਹ ਇਹਦੇ 'ਤੇ ਵੀ ਆਪਾਂ ਦੇਖਦੇ ਹਾਂ ਵੀ ਅੱਗੇ ਦੀਵਾਰ ਆਉਂਦੀ ਹੈ ਰੁਕ ਜਾਂਦੀ ਹੈ ਕਾਰ, ਉਹ ਕਿਵੇਂ ਹੁੰਦਾ ਕੰਮ, ਉਹ ਕੰਮ ਸਿਖਾਉਣ ਦੇ ਲਈ ਬੱਚਿਆਂ ਨੂੰ ਸਮਝਾਉਣ ਦੇ ਲਈ ਇਹ ਆਪਾਂ ਇਹ ਲੈਬ ਦੇ ਵਿੱਚ ਉਹਨਾਂ ਨੂੰ ਹਰੇਕ ਬਰੀਕੀ ਤੌਰ ਦੇ ਉੱਤੇ ਕੀ ਪ੍ਰੋਗਰਾਮ ਉਹਦੇ ਵਿੱਚ ਚੱਲਦਾ, ਕਿਵੇਂ ਉਹਨੂੰ ਕੰਪਿਊਟਰ ਦੇ ਨਾਲ ਅਟੈਚ ਕਰਕੇ ਉਹ ਪ੍ਰੋਗਰਾਮ ਚੱਲਦਾ ਹੈ, ਕਿਵੇਂ ਇਹਦੇ ਨਾਲ ਸੈਂਸਰ ਲੱਗਦਾ, ਕਿਹੜਾ ਉੱਪਰ ਆਈ ਸੀ ਲੱਗਣਾ ਹੈਗਾ, ਉਹ ਸਾਰਾ ਇੱਥੇ ਦੱਸਿਆ ਜਾਂਦਾ। ਇੱਥੇ ਸਾਰੇ ਤਰ੍ਹਾਂ ਦੀ ਬ੍ਰਾਂਚਾਂ ਵਾਲੇ ਬੱਚੇ ਆਉਂਦੇ, ਇਹ ਸਾਰਿਆਂ ਵਾਸਤੇ, ਐਵੇਂ ਨਹੀਂ ਆ ਵੀ ਇਕੱਲੇ ਕੰਪਿਊਟਰ ਵਾਲੇ ਆਉਂਦੇ ਹੋਣ, ਇਹ ਆਪਾਂ ਸਾਰੇ ਤਰ੍ਹਾਂ ਦੇ ਜਿੰਨੇ ਵੀ ਬ੍ਰਾਂਚਾਂ ਵਾਲੇ ਬੱਚੇ ਆ ਉਹਨਾਂ ਨੂੰ ਸਿਖਾਉਂਦੇ ਵੀ ਹਾਂ ਕਿਸੇ ਨੂੰ ਕੋਈ ਜਿਵੇਂ ਹੁਣ ਮਕੈਨੀਕਲ ਵਾਲੇ ਆ ਉਹਨਾਂ ਦਾ ਅਲੱਗ ਤਰ੍ਹਾਂ ਦਾ ਉਹ ਚੱਕਰ ਬਣਾਉਂਦੇ ਆ, ਮਸ਼ੀਨਾਂ ਬਣਾਉਂਦੇ ਆ, ਪਰ ਅੱਜ ਕੱਲ੍ਹ ਮਸ਼ੀਨਾਂ ਦੇ ਉੱਤੇ ਵੀ ਕੰਪਿਊਟਰ ਲੱਗ ਗਏ। ਜੇ ਹੁਣ ਆਪਾਂ ਉਹ ਸਾਰਿਆਂ ਨੂੰ ਇਕੱਠਾ ਕਰਕੇ ਸਮਝਾਵਾਂਗੇ ਵੀ ਹਾਂ ਵੀ ਮਸ਼ੀਨ ਕਿਵੇਂ ਚੱਲਦੀ ਹੈ ਅਤੇ ਉਹਦਾ ਕੰਪਿਊਟਰ ਦੇ ਨਾਲ ਕਿਵੇਂ ਤਲਕ ਹੈ। ਅੱਜ ਕੱਲ੍ਹ ਤੁਸੀਂ ਕਹਿੰਦੇ ਕਾਰਾਂ ਵਿੱਚ ਵੀ ਕੰਪਿਊਟਰ ਲੱਗਦੇ ਆ, ਅਤੇ ਜੇ ਸਾਨੂੰ ਪਤਾ ਲੱਗਾ ਹੋਊਗਾ ਵੀ ਕੰਪਿਊਟਰ ਨੂੰ ਅਸੀਂ ਕਿਵੇਂ ਅਟੈਚ ਕਰਨਾ, ਜੋੜਨਾ ਕਿਵੇਂ ਆ, ਆਪਸ ਦੇ ਵਿੱਚ ਉਹ ਕਿਵੇਂ ਫਿਊਲ ਇੰਜੈਕਸ਼ਨ ਜਿਹੜਾ ਹੁੰਦਾ ਉਹ ਕਹਿੰਦੇ ਕੰਪਿਊਟਰ ਨਾਲ ਚੱਲਦਾ। ਅੱਜ ਕੱਲ੍ਹ ਸਾਡੇ ਘਰ ਅਸੀਂ ਬੋਲਦੇ ਹਾਂ ਦਰਵਾਜ਼ਾ ਖੁੱਲ੍ਹ ਜਾਂਦਾ, ਏ ਸੀ ਬੰਦ ਹੋ ਜਾਂਦਾ, ਇਹ ਸਾਰੀਆਂ ਚੀਜ਼ਾਂ ਕੀ ਆ, ਉਹ ਸੈਂਸਰ ਨਾਲ ਕੰਟਰੋਲ, ਉਹ ਸਾਰੀਆਂ ਚੀਜ਼ਾਂ ਅਸੀਂ ਇੱਥੇ ਦੱਸ, ਅਤੇ ਬੱਚਿਆਂ ਨੂੰ ਅਸੀਂ ਟਾਸਕ ਜਾਂ ਕੰਮ ਦਿੰਦੇ ਹਾਂ ਵੀ ਬਾਈ ਤੁਸੀਂ ਇਹ ਪ੍ਰੈਕਟੀਕਲ ਕਿਵੇਂ ਕਰਨਾ, ਵੀ ਕਾਰ ਇਹ ਜਿਹੜੀ ਲਾਈਨ ਬਣੀ ਹੋਈ ਹੈ ਇਸੇ ਉੱਤੇ ਚੱਲਣੀ ਚਾਹੀਦੀ, ਇਸ ਤੋਂ ਬਾਹਰ ਨਹੀਂ ਜਾਣੀ ਚਾਹੀਦੀ। ਹੁਣ ਜਿਹੜੇ ਬੱਚੇ ਨੇ ਪ੍ਰੋਗਰਾਮ ਗਲਤ ਕਰਤਾ ਉਹ ਬਾਹਰ ਚੱਲ ਜੂ, ਉਹਦੇ ਨੰਬਰ ਕੱਟ ਲੈਣ, ਜਿਹੜੇ ਬੱਚੇ ਨੇ ਕਿਹਾ ਵੀ ਨਹੀਂ ਠੀਕ ਚੱਲਦੀ ਆ ਉਹ ਠੀਕ ਹੋ ਜਾਂਦਾ। ਠੀਕ ਹੈ, ਇੱਥੇ ਇੱਥੇ ਇਹ ਸਾਰੀ ਜਿੰਨੀ ਵੀ ਜਿਹਨੂੰ IoT ਦੇ ਨਾਮ ਦਾ ਇੱਕ ਆਪਾਂ ਨੂੰ ਕੁਝ ਸੁਣਦੇ ਹੈਗੇ ਆ, ਇੰਟਰਨੈਟ ਆਫ ਥਿੰਗਸ, ਹੈ ਨਾ, ਤੁਹਾਨੂੰ ਪਤਾ ਹੋਣਾ ਸਾਰਿਆਂ ਨੂੰ, ਉਸ ਚੀਜ਼ ਨੂੰ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਬੱਚੇ ਇਹ ਸਿੱਖ ਸਕਣ ਵਿਦ ਦੀ ਹੈਲਪ ਆਫ ਪ੍ਰੈਕਟੀਕਲ। ਚੱਲ ਨਾ ਦੇਖ ਲਓ ਇੱਕ ਵਾਰ ਚਲਾ ਕੇ ਦੇਖ, ਇਹਦੇ ਵਾਸਤੇ ਸਾਨੂੰ ਪਹਿਲਾਂ ਬੇਸਿਕ ਚਾਹੀਦਾ ਪੁੱਤਰ ਜੀ, ਸਾਰਿਆਂ ਨੂੰ ਫਿਜ਼ਿਕਸ ਆਉਣੀ ਚਾਹੀਦੀ ਹੈ, ਅਸੀਂ ਚੱਲੂਗਾ ਇਹ ਸਾਇੰਸ ਵਾਲਿਆਂ ਦਾ ਕੰਮ ਹੈ ਇਹ ਸਾਰਾ। ਹਾਂਜੀ ਤੁਹਾਨੂੰ ਪਤਾ ਜੀ ਸਾਨੂੰ।